ਲਓ ਜਨਾਬ ਆ ਦੇਖੋ ਤੁਹਾਨੂੰ ਦਿਖਾਉਂਦੇ ਹਾਂ ਕਿ ਟਰਾਲੀ ਮਸ਼ੀਨ ਭਰਨ ਲੱਗੀ ਆ। ਆ ਰੇਤ ਬਹੁਤ ਹੀ ਡੂੰਘੀ ਆ, ਤਕਰੀਬਨ ਥੱਲੋਂ ਪਾਣੀ ਨਿਕਲਿਆ। ਮਸ਼ੀਨ ਲੱਗੀ ਆ, ਟਰਾਲੀ ਆ ਖੜੀ ਆ, ਇਹਨੂੰ ਭਰਦੇ ਹਾਂ ਰੇਤ ਦੀ। ਆ ਬੈਠਾ ਵਾ ਰੇਤ ਦਾ ਮਾਲਕ। ਰੇਤ ਭਰਦੇ ਪਏ, ਤਕਰੀਬਨ 27-28 ਫੁੱਟ ਡੂੰਘੀ ਆ, ਪਾਣੀ ਨਿਕਲਿਆ ਆ ਜੀ। ਆ ਦੇਖੋ ਮਸ਼ੀਨ ਲੱਗੀ ਆ, ਰੇਤ ਭਰ ਕੇ ਸੁੱਟਦੇ ਆ ਬਾਹਰ ਵੇਚਣ ਵਾਸਤੇ। ਆ ਜਿਹੜੀ ਪਲਸਤਰ ਕੋਠਿਆਂ ਨੂੰ ਕਰਦੇ ਉਹ ਰੇਤ ਆ। ਉਹ ਤੁਹਾਨੂੰ ਪਾਣੀ ਦਿਖਾ ਰਿਹਾ, ਪਾਣੀ ਥੱਲੇ ਨਿਕਲਿਆ ਜੀ। ਇਹ ਜ਼ਿਲ੍ਹਾ ਲਈਆ ਤਹਿਸੀਲ ਕਰੋੜ ਚੱਕ ਨੰਬਰ 104 ML ਦੇ ਵਿੱਚ ਰੇਤ ਆ। ਇਫਤਖਾਰ ਸਾਹਿਬ ਹੁਣਾਂ ਦੀ ਰੇਤ ਆ ਇਹ। ਤੁਹਾਨੂੰ ਇਹਨਾਂ ਦਾ ਰਾਬਤਾ ਨੰਬਰ ਵੀ ਦਿਆਂਗੇ ਭਾਈ, ਇਹਦੇ ਨਾਲ ਰਾਬਤਾ ਕਰ ਸਕਦੇ ਜਿਹਨੂੰ ਲੋੜ ਹੋਵੇ ਰੇਤ ਦੀ। ਬਹੁਤ ਗਹਿਰਾਈ ਦੇ ਵਿੱਚ ਆ, ਮੈਂ ਉੱਤੇ ਖੜਾ ਵਾਂ ਤਕਰੀਬਨ ਵੀਡੀਓ ਬਣਾਉਂਦਾ ਪਿਆ, ਅਤੇ ਬਹੁਤ ਗਹਿਰਾਈ ਆ ਇਹਦੀ। ਇਹ ਸਾਡੇ ਵੱਲ ਬਹੁਤ ਰੇਤ ਡੂੰਘੀ ਆ। ਬੜੀ ਵੱਡੀ ਟਿੱਕ ਡਿੱਗੀ ਵਿੱਚ।